ताड़ियाँ लावो साड़ी मेहमान आ की होया ਤੁਹਾਨੂੰ ਅਸੀਂ ਕਿਹਾ ਅਸੀਂ ਕਿਹਾ ਵੀ ਡਰਾਮਾ ਬਹੁਤ ਚੰਗਾ ਆ ਜਾਊ ਜੇ ਆ ਗਏ ਤਾਂ ਨੈਣ ਨਸ਼ ਢਿੱਲੇ ਛੱਡੋ ਭੋਸੋ ਖੇਡੋ ਹਾਂ ਤਾੜੀਆਂ ਉਦੋਂ ਨਾ ਮਾਰੀਆਂ ਜਦੋਂ ਉਦੋਂ ਵੀ ਨਹੀਂ ਮਾਰੀਆਂ ਫਿਰ ਟੁੱਟੇ ਮੁੱਕੇ ਅੱਛਾ ਜੀ ਇਹ ਦੱਸੋ ਜੀ ਫੈਸਲਾਬਾਦ ਆਏ ਹੋ ਇੱਥੇ ਦੇ ਲੋਕ ਕੈਸੇ बाकियां दा पता नहीं ये तेरी भैन गड्डे ही गड्डे तेरे लिए तो माला लेके बैठे ओ जिन्ना गरम हो इतना नहीं गड्डे नु फिरने आए फैसलाबाद कैसा लगा अच्छा है तीसरा दिन है ये तो तीसरा महीना भी होता तो अच्छा ही लगना सी आवे ए काकार पीछे के ओके काकार लख लानत तेरी बोली दे तेरी तेरी बुड्ढी भी कहनी होनी है ओ तो ड्रामे ते गए लाओ तो वे लो एक कै ठाका भी है दी कै ठाका काले के मुंडा कहना सर्वर तेरी भैन नु चुक के ले गया कहंदा ओ कै ठाका भी है ਇਹਦਾ ਅੱਬਾ ਇਹਦੀ ਮਾਂ ਦੇ ਕਮਰੇ 'ਚ ਗਿਆ ਮੂੰਹ ਕੱਢ ਕੇ ਕਹਿੰਦਾ ਉਹ ਕੈਂਠਾ ਕਰੀ ਜਨਾਜ਼ੇ ਤੋਂ ਮਾਰ ਖਾ ਲਈ ਉਹ ਕਹਿੰਦੇ ਕਲਮਾ ਸ਼ਹਾਦਤ ਕਹਿੰਦਾ ਉਹ ਕੈਂਠਾ ਕਰੀ ਬਸ ਕਰ ਪਿਛਲੇ ਨੂੰ ਕਹਿ ਖੋਤੀ ਲਿਆ ਉਹਨੂੰ ਕਹਿ ਜਿਹਨੇ ਤੇਰੀ ਭੈਣ ਕੱਢੀ ਆ ਉਹ ਜ਼ੋਰ ਲਾਉਂਦਾ ਤੇ ਨਾਲ ਹੀ ਕਹਿੰਦਾ ਬਸ ਕਰ मैनू कहना मैं जवाइया ना बहस नहीं करता तो लगा वा जानू बस फैसला बाद दे बड़े मासूम लोग हालात दे दुखों मार खा गए आ ਜਿੱਦਾਂ ਇਹ ਘਾਟੇ ਤੇ ਕਮੇਟੀ ਚੁੱਕ ਲੈਣ ਵਾਲੇ ਆ ਆ ਸੁਪਰ ਮੰਡੀ ਵਾਲੇ ਆ ਅੱਜ ਕੱਲ੍ਹ ਪੂਣੇ ਵੇਚਣ ਡਏ ਆ ਉਹ ਜਿਹੜਾ ਬਹੁਤਾ ਭੌਂਕਦਾ ਫਰਨੀਚਰ ਦਾ ਕਾਰੀਗਰ ਸੀ ਉਹ ਹੁਣ ਮਸਵਾਕਾ ਵੇਚਦਾ ਮਸਵਾਕਾ ਕਿੱਥੇ ਵੇਚਦਾ ਹਾਂ ਉਹ ਕੈਠਾ ਕਰੀ ਆਪਣੀ ਸੁਹਾਗਰਾਤ ਤੇ ਵੀ ਕਹੀ ਜਾਵੇ ਲੋਕਾਂ ਨੂੰ ਅੰਦਰ ਚੱਲ ਜਾ ਘੰਟਾ ਕਹਿ ਰਹੀ ਹੈ ਫੈਸਲਾਬਾਦ ਰਹਿਣਾ ਨਾ ਤੇ ਦੋ ਨਸੀਤਾਂ ਤੈਨੂੰ ਕਰਨੀਆਂ ਕੌਣ ਸੀ ਪਹਿਲੀ ਇਹ ਕਿ ਇਹਨਾਂ ਦਾ ਬੈਗ ਸ਼ਰਾਬ ਨਹੀਂ ਪੀਣੀ ਕਿਉਂ ਕਿਉਂਕਿ ਸ਼ਰਾਬ ਪੀ ਕੇ ਰੋਂਦੇ ਬਹੁਤ ਆ ਇਹ ਫੈਸਲਾਬਾਦ ਦਾ ਅਸੂਲ ਆ ਕੁੜੀ ਨੇ 20,000 ਲੈਣਾ ਨਾ ਇਹ ਰੋ ਕੇ 40 ਲੈ ਜਾਂਦੇ ਆ ਕੁੜੀ ਨਾਲੇ ਕੰਮ ਕਰਾਉਣ ਲਈ ਹੁੰਦੀ ਆ ਨਾਲੇ ਇਹਨਾਂ ਨੂੰ ਹੌਸਲਾ ਦੀ ਕਰੋ ਕੰਮ ਆ ਜਾਣ ਕੇ ਪਏ ਕੁੜੀ ਨਾਲੇ ਰੋ ਕੇ ਕਹਿੰਦੀ ਤੈਨੂੰ 40 ਦੇਤਾ ਸਵੇਰੇ ਅੱਬੂ ਨੇ ਰੱਖੇ ਦੀ ਕਿਸ਼ਤ ਦੇਣੀ ਸੀ ਤੇ ਦੂਸਰਾ ਇਹਨਾਂ ਕੋਈ ਚੈੱਕ ਨਹੀਂ ਲੈਣਾ ਕਿਉਂ ਇਹਨਾਂ ਨੂੰ ਚੈੱਕ ਉਹ ਦੇਣਾ ਜਿਹੜਾ ਅੱਜ ਬੈਂਕ ਬਣਨਾ ਹੈ ਤੇ ਬੈਂਕ ਖੋਲ ਕੇ ਵੀ ਅੰਦਰੋਂ ਇਹਨਾਂ ਨੇ ਕਹਿਣਾ ਪੈਸੇ ਲੈਣਾ ਹੀ ਔਖੇ ਟਾਕਾ ਲੀਏ ਕਹਿੰਦੇ ਉਹਦੀ ਉਮਰ ਵੇਖ ਨੂੰ ਮਾਮੂ ਕਹਿ ਸਾਲੀਏ ਜਾਨੂ ਕਹਿਣ ਦੇ ਹੀ ਇਹਨੂੰ ਕਹਿੰਦੇ ਕਿ ਸਰਈਆ ਦਾ ਮੁੰਡਾ ਨਾ ਸਰਈਆ ਦਾ ਅੱਲਾ ਦੀ ਕਿਸਮ ਇਹਦੀ ਬੁੱਢੀ ਇਹਨਾਂ ਰੋਮਾਂਸ ਕਰਨ ਦੀ ਐ ਕਰਕੇ ਇਹਦੇ ਸਿਰ ਤੇ ਹੱਥ ਲੱਗਾ ਕਹਿੰਦੀ ਜਾਨੂ ਤੁਹਾਡਾ ਚੂਲਾ ਵਾ ਨਹੀਂ ਅੱਛਾ ਸਰਈਆ ਸਰਈਆ ਜੀ ਸਰਈਆ ਦਾ ਆ ਗੁਰੂ ਕਹਿੰਦੇ ਰੂੜ ਕੀਤੀ ਸੋਲਰ ਪਲੇਟਾਂ ਲਵਾ ਕੇ ਉੱਤੇ ਤੰਬੂ ਲਵਾ ਦੇ ਕੇ ਇਹਨਾਂ ਤੇ ਧੁੱਪ ਨਾ ਪਵੇ ਦਰਵਾਜ਼ੇ ਅੱਗੇ ਮਿੱਠੇ ਦੀ ਰੇੜੀ ਲੱਗ ਪਈ ਬੰਦਾ ਕਹਿੰਦਾ ਦੋ ਮਿੱਠੇ ਲੈਣੇ ਆ ਕਹਿੰਦਾ ਸਰਈਆ ਰਸਮੁੰਦਰੀ ਗਈ ਸੁਹਾਗ ਰਾਤ ਨੂੰ ਆਪਣੀ ਬੁੱਢੀ ਦੇ ਕੋਲ ਜਾ ਕੇ ਕਹਿੰਦਾ ਇਹ ਕਿ ਠਾਕਾਰੀ ਚੁੱਪ ਕਰ ਜੀ ਯਾਰ ਰੱਖੋ ਕੇ ਮੇਰੇ ਹਾਂ ਮੈਂ ਜਦੋਂ ਜਾਣਾ ਹੀ ਨਹੀਂ ਤਾਂ ਰਕਸ਼ਾ ਕਿਉਂ ਮੰਗਾਇਆ ਜੋ ਮਰਜ਼ੀ ਹੋ ਜਵੇ ਉਹ
ਉਹ ਮਗਾਇਆ ਨਹੀਂ ਆ, ਉਹ ਆਪਣੀ ਸਵਾਰੀ ਲਾਉਣ ਆਇਆ ਵਾ। ਆਹ ਸਵਾਰੀ ਇੱਥੇ ਲਾਉਣ ਆਇਆ? ਆਹੋ। ਇਹ ਸਵਾਰੀ ਵੀ ਇੱਥੇ ਰੱਖੋ। ਇਹ ਤਾਂ ਸ਼ੁਕਰ ਹੈ ਇੱਥੇ ਲਾਉਣ ਲਾਇਆ ਨਹੀਂ, ਤੇ ਉਹ ਰਕਸ਼ਾ ਉੱਥੇ ਘੈਂਟਾ ਘਾਰੀ ਆ ਤੇ ਉਹਦੇ ਉੱਤੇ ਲੈ ਕੇ ਚੱਲਾ ਸੀ। ਨਹੀਂ ਵਾਕਈ ਇਹ पता मैं छोड़ के चला जाऊंगा साला कुछ अब भी। ये दोस्त है हमारा। तो कौन अपना तारफ करवा सू तारफ कर प्रवेद लाइए तेन तारफ करावा साल तो कुछ भी नहीं है सेंटर आ गया। ਤੈਨੂੰ ਪਤਾ ਵੀ ਆ ਮੈਂ ਰੋਟੀ ਖਾ ਲਈ ਆ। ਹਾਂਜੀ ਹਾਂਜੀ। ਕੁੜੀ ਫੇਰ ਸੱਦ ਲਈ ਉਹ ਤੂੰ ਮੇਰਾ ਮੇਦਾ ਸਹੀ ਹੋਣ ਨਹੀਂ ਦੇਣਾ। ਆ ਗੋਲਾ ਤਾਦੜ ਫਤੜ ਜੇ ਦੇਖ ਕੇ ਸਹੀ ਇੱਥੋਂ ਛੱਡ ਦੇ। ਐਡਾ ਵੱਡਾ ਤਾਂ ਤੇਰਾ ਖਲਾਰਾ ਹੈ ਹੀ ਨਹੀਂ, ਛੱਡ ਦੇ ਉਹ। ਚਲਾ ਇਹ ਕੌਣ ਆ ਦੋਸਤ ਆ ਯਾਰ? ਉਹ ਤੈਨੂੰ ਮੁਬਾਰਕ ਹੋਵੇ, ਤੇਰੇ ਕਾਲੀਆਂ ਮਿਰਚਾਂ ਉੱਗ ਗਈਆਂ। ਆਵੇ ਆ ਸਾਲਾ ਪੂਰਾ ਜ਼ਿਲ੍ਹਾ ਭੁਗਤਾ ਕੇ ਹਟ ਜਾ। ਉਹ ਮੇਰੀ ਪਿੰਡ ਜ਼ਰਾ ਥੋੜ੍ਹੀ ਜਿਹੀ ਡਿਸਟਰਬ ਹੋ ਗਈ ਹੈ। ਪਿੰਡ ਦਾ ਤਾਂ ਬੇੜਾ ਕਰ ਗਿਆ ਪਿਆ, ਕਿਤੇ ਰੇਗਮਾਲ ਤੇ ਕੀ ਸੀ ਲਾ ਕੇ ਆ। ਲੈ ਮੈਨੂੰ ਅੱਜ ਪਤਾ ਲੱਗਾ ਉਹਦੇ ਕੋਲ ਕੀ ਮਿਸਟੇਕ ਹੋਈ ਸੀ। ਕੀ ਹੈ? ਇਹਨੂੰ ਬੁਖਾਰ ਚੜਿਆ, ਡਾਕਟਰਾਂ ਦਾ ਤੇਰੇ ਚੂਲੇ ਤੇ ਟੀਕਾ ਲੱਗਣਾ ਤੇ ਚੂਲੇ ਤੇ ਇੰਨਾ ਹਨੇਰਾ ਉਹਨੇ ਪਹਿਲੀ ਮੋਰੀ ਜੀ ਲਾਤਾ। ਉਹ ਜਾ ਕੰਮ ਕਰ, ਦਰਦ ਤੇ ਫਿਰ ਦਰਦ ਆ। ਹਾਂ ਮੈਨੂੰ ਥੋੜ੍ਹੀ ਜਿਹੀ ਦਰਦ ਹੋਈ, ਮੈਂ ਇੰਜ ਕੀਤਾ ਉਹਦਾ ਹੱਥੇ ਲੱਗਿਆ। ਤੇਰਾ ਦਰਦ ਵਾਲਾ ਪਿੰਡਾਂ ਨਹੀਂ ਵਿਰਿਆ, ਤੈਨੂੰ ਤਾਂ ਫੋੜਾ ਨਿਕਲਣ ਤੋਂ ਪਹਿਲੇ ਦੋ ਦਿਨ ਪਹਿਲੇ ਆਣ ਕੇ ਪੁੱਛਦਾ ਵਾ ਤੈਨੂੰ ਨਿਕਲਿਆ ਵਾ। ਤੇਰਾ ਉਹ ਪਿੰਡਾਂ ਨਹੀਂ ਹੈ ਦਰਦਾਂ। ਯਾਰ ਤੁਸੀਂ ਕਿੱਧਰ? ਓਏ ਓਏ ਹੈਲੋ ਦੂਰ ਮੈਂ ਉਸ ਕੀ ਜਾਣੂ। ਹੈ ਜੀ ਉਸ ਕੀ ਉਸ ਕੀ ਇਸ ਕੀ ਇੱਥੇ ਆ ਤੇਰਾ ਮੂੰਹ ਹੈ ਕਿਰੀ ਹੋਣ ਦੇ ਸਾਰੇ ਤੇ ਪੱਪੂ ਵਾਲੇ ਹੱਥ ਪਾਉਂਦੇ ਆ। ਆ ਤੇਰੀ ਜਾਨ? ਹਾਂ ਜੀ ਮਾਰਾ ਤੇਰੇ ਮੂੰਹ ਦਾ ਥੱਪੜ, ਤੇਰਾ ਮੋਹਰਾ ਹਿਲਾ ਦਿਆ। ਆ ਤੇਰੀ ਜਾਨ ਜੀ ਮੈਂ ਇਹਦੇ ਨਾਲੋਂ ਵੀ ਗਿਆ ਆ। ਦੇਖਦੇ ਸਹੀ ਜਿਹੜਾ ਟਰਾਲੀ ਚੋਂ ਮਸਤ ਟਿਕਾ ਨਹੀਂ ਉਹਦੇ ਨਾਲ ਵੀ ਗਿਆ। ਵੈਸੇ ਜਿਹੜਾ ਗਿਆ ਆ ਹੁੰਦਾ ਹੁੰਦਾ ਇਦਾਂ ਦਾ ਹੀ ਆ। ਉਹ ਤੂੰ ਗਿਆ ਦੀ ਗੱਲ ਕਰਦਾ, ਤੂੰ ਉਹ ਖੋਤਾ ਵਾ ਜਿਹੜਾ ਨਾਲ ਜੰਮੀ ਖੋਤੀ ਨੂੰ ਦੇਖ ਕੇ ਗੰਦੇ ਇਸ਼ਾਰੇ ਕਰਦਾ ਹੁੰਦਾ। ਤੇ ਤੂੰ ਉਹ ਖੋਤਾ ਵਾ। ਮੈਂ ਤੇਰੀ ਕੀ ਭੈਣ ਕੱਢੀ ਆ ਤੈਨੂੰ ਕਹਿਣਾ ਕੋਈ ਨੀ ਸਾਲਿਆ ਤੇਰੇ ਸਿਲੰਡਰ ਦਾ ਰਕਸ਼ਾ, ਸਿਲੰਡਰ ਲਾਉਣਾ ਸਿਰਫ ਰਕਸ਼ੇ ਦਾ, ਸਿਲੰਡਰ ਦਾ ਰਕਸ਼ਾ। ਸ਼ੁਕਰ ਕਰ ਗੇਅਰ ਚ ਨਹੀਂ ਪਰ ਕੰਧ ਚ ਵੱਜਣਾ ਸੀ ਇਹਨੇ। ਮੈਂ ਤੈਨੂੰ ਕਹਿਣਾ ਕੁਛ ਨੀ, ਮੈਂ ਤੇਰੇ ਤੇ 2 ਮਿੰਟ ਲਾਉਣਾ ਤੇ ਸਾਰੇ ਅਸਲ ਲਵਾ ਦਿੰਦਾ ਤੇਰੇ। ਅਸਲ ਤਾਂ ਬਹੁਤ ਦੂਰ ਆ, ਅਸਲ ਤਾਂ ਬਹੁਤ ਦੂਰ ਆ। ਤੂੰ ਤਾਂ ਆਪ ਅੱਗੇ ਸ਼ੀਸ਼ਾ ਰੱਖ, ਉਹਦੇ ਨਾਲ ਸਲਾਹੀ ਪਿਆ ਹੁੰਦਾ। ਮਰਜ਼ੀ ਆ ਇੱਜ਼ਤ ਰਖਾ ਲਾ ਕਿਤੇ। ਸਾਲਿਆ ਤੂੰ ਤਾਂ ਬੜਾ ਇੱਥੋਂ ਚੁੱਕ ਕੇ ਚੁੰਮੀ ਲੈ ਲੈਂਦਾ ਨਾ। ਹਲੋ ਹਲੋ ਵੀ ਕਰ ਲੈਂਦਾ। ਏਦਾਂ ਦੇ ਖੋਤੇ ਹੁੰਦੇ ਜਿਹਨਾਂ ਦੇ 3000 ਰੇਟ ਤੇ ਇੱਕ ਪੈਸੇ ਭੈਣ ਨਿਕਲ ਜਾਂਦੀ, ਸਾਰੀ ਮੈਲ ਜਾਣੀ ਆ। ਉਹਨੇ ਤਾਂ ਗੱਲ ਹੀ ਕੋਈ ਨਹੀਂ ਕੀਤੀ। ਮੈਂ ਤੈਨੂੰ ਕਿਹਾ ਔਰ ਐਦਾਂ ਦੇ ਖੋਤੇ ਹੁੰਦੇ ਜਿਨ੍ਹਾਂ ਦੀ 100 ਚੋਂ 90% ਕੋਸ਼ਿਸ਼ ਹੁੰਦੀ ਮੇਰੇ ਮਾਲਕ ਨੂੰ ਕਿਤੋਂ ਗਾਲਾਂ ਪੈ ਜਾਣ, ਭੱਜ ਭੱਜ ਗੱਡੀਆਂ ਲਿਜਾਊ। ਇਹ ਹੈ ਝੂਠਾ, ਉਹ ਖੋਤਾ ਖੋਤਾ ਹੈ ਹੀ ਨਹੀਂ। ਹਾਂ ਕੌਣ? ਉਹ ਖੋਤੇ ਦਾ ਵਾ, ਉਹ ਤਿਲਕ ਦਿਨ ਦਾ।
अच्छा इदां दे बकरे हुंदे जदों मेंगणा करके हटदे ना आखरी मेंगण नाल लगी रहिंदी ना तड़फदे देखणा जो भी है आखरी मेंगण दा ही पता कितना लगणा यार मेरी एक मशूक आउण वाली आ एक हां एक ना मंगा तीन बंदे ते खलोते पूरा सेट मंगवा नहीं नहीं दो सही है ओ दे विच आवी होम्योपैथी है मशूक तेरी आ रही है मशूक मेरी आ रही है तेरे को है साडा यार हां असि दूसरा मंगाईए पहली बारी तैनू दिंदे आ ਉਹ ਖੁਸਰੇ ਤੇਰੇ ਤਾਂ ਹਜ਼ਾਰ ਕਰ ਦਿਓ ਤੈਨੂੰ ਆਪਣੀ ਸਾਸੀ ਸਮਝਦੇ ਦੇਖ ਲੈ ਅੱਗੇ ਆ ਕੱਲ ਗਰਮੀਆਂ ਸੀ ਯਕੀਨ ਕਰੋ ਗਰਮੀਆਂ ਦੇ ਵਿੱਚ ਨਹਿਰ 'ਚ ਨਹਾਉਣ ਡਿਆ ਇੱਕ ਮੁੰਡੇ ਨੇ ਅੱਧੀ ਇੱਟਾਂ ਦੇ ਸਿਰ 'ਚ ਮਾਰਤੀ ਕਿਉਂ ਇਹਨੇ ਨਹਿਰ 'ਚ ਨਹਾਉਂਦੇ ਨੇ ਮਾੜਾ ਜਿਹਾ ਸਿਰ ਬਾਹਰ ਕੱਢਿਆ ਉਹਨੇ ਕਿ ਪਤਾ ਨਹੀਂ ਦਵਾਣੇ ਦੇ ਛਿੱਲੜ ਆਉਣ ਡਿਆ ਆ ਤੇਰੇ ਗੰਦੇ ਕੰਮਾਂ ਨੇ ਮਹਿੰਦੇ ਵਰਗਾ ਸਿਰ ਕੀਤਾ ਤੈਨੂੰ ਸਾਡੇ ਘਰ ਦਾ ਪਤਾ ਭੈਣ ਕੱਢ ਲੈਣੀ अपनी मैं सदन लगा आपस हो जो ठीक है मैं तरीका टाइम सवारी लभ जानी है तेन तो चौबी घंटे करो समझा के भेजी दुनिया दे लैंदे बने ही आ ਉਹਨੂੰ ਮੈਂ ਕਿਹਾ ਸੀ ਕਿ ਮੈਂ ਤੈਨੂੰ ਆਪਣੀ ਫੈਮਿਲੀ ਮੰਗਾਵਾਂਗਾ ਅੱਛਾ ਕਿਉਂਕਿ ਮੇਰੀ ਫੈਮਿਲੀ ਨਾਲ ਮਿਲਣਾ ਉਹ ਬੇਤਾਬ ਸੀ ਅੱਛਾ ਤੇ ਮੇਰੀ ਫੈਮਿਲੀ ਮੇਰੇ ਅੱਬੂ ਨੇ ਮੇਲਿਆ ਉਹਨੇ ਤੇ ਫੌਰਨ ਰਿਸ਼ਤੇ ਤੋਂ ਰਿਜੈਕਟ ਕਰ ਦੇਣਾ ਲਹਾਜ਼ਾ ਯਾਰ ਅਸੀਂ ਤੇਰੇ ਕਿਸ ਕੰਮ ਆ ਸਕਦੇ ਤੂੰ ਮੇਰਾ ਅੱਬਾ ਬਣ ਜਾ ਯਾਰ ਫਿਰ ਮੈਨੂੰ ਘਰ ਵੀ ਜਾਣਾ ਪਏਗਾ ਨਹੀਂ ਨਹੀਂ ਇੱਥੇ ਹੀ ਅੱਛਾ ਆਪਾਂ ਕਿੱਦਾਂ ਦਾ ਬਣਾਉਣਾ ਵਾ ਸੁੱਕਾ ਸੁੱਕਾ ਆਪਾਂ ਬਣਵਾ ਲਾ ਬਾਹਰ ਬਾਹਰ ਆਪਾਂ ਆਹੋ ਤੇ ਤੂੰ ਤੂੰ ਮੇਰੀ ਅੰਮੀ ਤੇਰੇ ਨੈਟਕਸ ਦਿਖੇ ਆ ਯਾਰ ਮੇਰੇ ਘਰ ਵਾਲੇ ਮੈਨੂੰ ਬਣਾਉਣ ਦੇ ਹਾਂ फुफड़ सही यार नहीं यार रिश्तेदारी दो दिन रेस्ट करो चलो।